ਰਾਤ ਦੀ ਵੀ ਗੱਲ ਆ, ਇਹ ਕੁੜੀ ਘਰੋਂ ਨੱਠ ਗਈ, ਇਹ ਸਾਡੇ ਘਰ ਆਇਆ ਕਿ ਮਤਲਬ ਮੁੰਡਾ ਤੁਹਾਡਾ ਲੈ ਕੇ ਗਿਆ ਕੁੜੀ ਨੂੰ। ਲੇਕਿਨ ਇਹਨਾਂ ਜਿੱਥੇ ਜਾ ਕੇ ਵੇਖਿਆ ਕਿ ਮੁੰਡੇ ਤੇ ਆਪਣੀ ਭੈਣ ਦੇ ਘਰ ਗਏ ਸੀ ਵਿਆਹ ਵਾਸਤੇ, ਉਹ ਇਹਨਾਂ ਜਾ ਕੇ ਗੱਡੀ ਖੜ ਕੇ ਉੱਥੇ ਵੇਖਿਆ ਕੁੜੀ ਦੇ ਕੋਲ, ਅਤੇ ਉਹ ਆਪਣੀ ਭੈਣ ਦੇ ਕੋਲ ਬੈਠੇ, ਇਹਨਾਂ ਦੀ ਕੁੜੀ ਨਹੀਂ ਹੈਗੀ ਉੱਥੇ। ਇਹਨਾਂ ਜਾਣ ਬੁੱਝ ਕੇ ਸਾਡੇ ਮੁੰਡੇ ਦਾ ਨਾਂ ਲਾਉਂਦੇ ਆ, ਅਤੇ ਇਹ ਇਸੇ ਕਾਰਨ ਨੇ ਇਹਨਾਂ ਆਣ ਕੇ ਅੱਜ ਸਾਡੇ ਮੁੰਡੇ ਨੂੰ ਵੱਢਿਆ। ਘਰੇ ਵਿਆਹ ਕਿਹਦਾ ਸੀ? ਵਿਆਹ ਸਾਡੀ ਭਤੀ ਦਾ, ਜਿਹੜਾ ਜਿਹੜਾ ਲੜਕਾ ਮਰਿਆ ਇਹਦੀ ਭੈਣ ਦਾ ਵਿਆਹ। ਨਹੀਂ, ਜਿਹਨਾਂ ਨੇ ਵੱਢਿਆ ਉਹ ਕਿੱਥੋਂ ਦੇ ਰਹਿਣ ਵਾਲੇ? ਉਹ ਵੀ ਮਜੀਠੇ ਦੇ ਰਹਿਣ ਵਾਲੇ। ਨਾਮ ਉਹਦਾ ਨਾਂ ਢੇਬਾ, ਅਤੇ ਢੇਬੇ ਦੇ ਮੁੰਡੇ ਦੋ ਆ, ਉਹਦੀ ਭੂਆ ਦੇ ਦੋ ਮੁੰਡੇ ਆ, ਨਾਲ ਉਹਦੇ ਭਤੀਜੇ ਆ, ਇਹ ਜਿਹੜੇ 6-7 ਬੰਦੇ ਆਣ ਕੇ ਇਹਨਾਂ ਪਿਆਰ ਸੰਬੰਧ ਦਾ ਇਲਜ਼ਾਮ ਲਾ ਰਹੇ। ਉਹਦਾ ਨਾਮ ਕੀ ਸੀ? ਉਹ ਕੁੜੀ ਦੇ ਨਾਂ ਦਾ ਮੈਨੂੰ ਨਹੀਂ ਪਤਾ, ਵੈਸੇ ਉਹ ਕੁੜੀ ਮਤਲਬ ਪਤਲੀ ਜਿਹੀ ਕੁੜੀ ਆ, ਮੈਂ ਇਹ ਗੱਲ ਦੇਖੀ। ਕਿਹੜੀ ਕਿਹੜੀ ਬਰਾਦਰੀ ਦੇ? ਉਹ ਵੀ ਮਜਲੀ ਬਰਾਦਰੀ। ਕੁੜੀ ਹੁਣ ਕਿੱਦਾਂ, ਕੁੜੀ ਦਾ ਕੀ ਹਾਲ ਆ? ਕੁੜੀ ਦੀ ਵੀ ਡੈਥ ਹੋ ਗਈ, ਉਹਨਾਂ ਇੱਥੋਂ ਮੈਨੂੰ ਵੱਢ ਕੇ ਜਾ ਕੇ ਮੁੜ ਕੇ ਉਹਨੂੰ ਕੁੜੀ ਨੂੰ ਵੱਢਿਆ। ਕਿੰਨੇ ਵੱਢਿਆ? ਇਹਨਾਂ ਨੇ ਆ ਜਿਹੜੇ ਢੇਬਾ ਅਤੇ ਉਹਦੇ ਜਿਹੜੇ ਮੁੰਡੇ ਆਏ ਆ, ਉਹਨਾਂ ਨੇ ਜਾ ਕੇ ਮੁੜ ਕੇ ਐਲਟੋ ਕਾਰ ਦੇ ਵਿੱਚ ਆਏ ਆ। ਅਸੀਂ ਘਰ ਖਾਂਡ ਪਾਠ ਰਖਾਇਆ ਸੀ, ਉਹਦਾ ਭੋਗ ਪੈਣ ਗਿਆ, ਬਾਹਰੋਂ ਮੁੰਡੇ ਆਏ, ਆਇਆ ਦਾਤਰ ਮਾਰ ਕੇ ਮੁੰਡਾ ਵੱਢ ਗਏ। ਵਜ੍ਹਾ ਕੀ ਸੀ? ਵਜ੍ਹਾ ਸਾਨੂੰ ਪਤਾ ਹੀ ਕੋਈ ਨਹੀਂ, ਵਜ੍ਹਾ ਅਸੀਂ ਆਪਣੇ ਰੰਗਦਾਰ 'ਚ ਲੱਗੇ, ਖੁਸ਼ੀ 'ਚ ਲੱਗੇ। ਹਾਂਜੀ, ਘਰ ਵਿਆਹ ਸੀ, ਬੇਟੀ ਦਾ ਵਿਆਹ ਸੀ, ਉਹਦਾ ਕਰਕੇ ਪਹਿਲੋਂ ਘਰ ਬਾਬੇ ਦੀ ਦੇਹ ਲੈਂਦੇ ਅਤੇ ਪਾਠ ਕਰਦੇ। ਹਾਂ, ਨਹੀਂ ਜਿਹੜਾ ਮੁੰਡੇ ਨੂੰ ਵੱਢਿਆ, ਕਿਉਂ ਵੱਢਿਆ, ਜੋ ਪਤਾ ਚੱਲਿਆ? ਇਹ ਗੱਲ ਦਾ ਕੋਈ ਪਤਾ ਨਹੀਂ। ਕਿੱਥੋਂ ਦੇ ਬੰਦੇ ਜੀ ਉਹ? ਮੈਂ ਹਾਲੀ ਤੇ ਮੈਂ ਕੋਈ ਮੇਰੇ ਕੁੜੀ ਉਹਨਾਂ ਦੀ ਆਪ ਖੁਦ, ਕਿਉਂਕਿ ਸਾਡੇ ਦੁਕਾਨਦਾਰੀ ਦਾ ਕੰਮ ਸੀ, ਕੁੜੀ ਉਹਨਾਂ ਦੀ ਆਪ ਆਣ ਕੇ ਇਹਨੂੰ ਕਹਿੰਦੀ, ਇਹਨੇ ਦੋ ਵਾਰੀ ਨਾਂਹ ਵੀ ਕੀਤੀ ਕਿ ਮੈਂ ਨਹੀਂ, ਮੈਂ ਇਸ ਕੰਮ 'ਚ ਨਹੀਂ ਪੈਣਾ, ਮੇਰੇ ਘਰਦਿਆਂ ਨੇ ਮੈਨੂੰ ਡਾਂਟਣਾ, ਸਾਡੇ ਮੁੰਡਾ ਹੈਗਾ ਇਹਨੂੰ ਆਪਾਂ ਡਾਂਟ ਕੇ ਦੱਸਦੇ ਨੇ, ਇਹੋ ਜਿਹਾ ਮੁੰਡਾ ਨਹੀਂ ਹੈ। ਪ੍ਰਿੰਸ ਸੰਬੰਧ ਜੀ ਪਿਆਰ ਕਰਦੇ ਪਿਆਰ ਦਾ, ਇਹੋ ਜਿਹਾ ਪਿਆਰ ਨੂੰ ਕੀ ਕਰਨਾ ਵਾ, ਜਿਹੜਾ ਸਾਡੇ ਵੀਰ ਨੂੰ ਖਾ ਗਿਆ, ਇਹੋ ਜਿਹਾ ਨੂੰ ਕੀ ਕਰਨਾ। ਕੀ ਕਰਦਾ ਜੀ ਤੁਹਾਡਾ ਭਰਾ? ਮੇਰਾ ਭਰਾ ਗੱਡੀਆਂ ਦੀ ਸਰਵੇ ਟੈਸ਼ਨ ਸੀ ਸਾਡਾ। ਕਿਹੜੀ ਕੁੜੀ ਸੀ ਜਿਹੜੀ ਆਉਂਦੀ ਸੀ? ਹਾਂਜੀ, ਕੌਣ ਮਿਲਣ ਆਉਂਦੀ? ਅਣੂ ਅਣੂ ਕੁੜੀ ਹੈਗੀ, ਪਤਾ ਨਹੀਂ ਕਿਹੜੀ ਹੈਗੀ ਆ। ਉਹਦੇ ਪਿਓ ਨੇ ਸਾਰੇ ਵਢਾਇਆ, ਉਹਦੇ ਪਿਓ ਨੇ ਸਾਰਾ ਕੁਛ ਕੀਤਾ ਆ, ਬਾਕੀ ਦੇ ਪਿਓ ਨੇ
ਮੇਰਾ ਨਾਮ ਜਸਲੀਨ ਕੌਰ। ਇਹ ਜਿਨ੍ਹਾਂ ਦੀ ਡੈਥ ਹੋਈ ਕਿਉਂ ਸੀ? ਮੈਂ ਉਹਨਾਂ ਦੀ ਭੈਣ ਆ। ਕੀ ਨਾਮ ਸੀ ਉਹਦਾ? ਉਹਦਾ ਨਾਮ ਪਵਨਦੀਪ ਸੀਗਾ। ਕਿੰਨੇ ਮਾਰੇ ਇਹਨਾਂ? ਇਹਨਾਂ ਦੇ ਕੁੜੀਆਂ ਮੁੰਡਿਆਂ ਦੀ ਕੋਈ ਗੱਲ ਸੀ, ਗੱਡੀਆਂ ਧੋਂਦਾ ਸੀਗਾ ਵੀਰ ਮੇਰਾ, ਕੁੜੀ ਆਣ ਕੇ ਮੁੰਡਿਆਂ ਨੂੰ ਜ਼ਬਰਦਸਤੀ ਆਉਂਦੀ ਰਹਿੰਦੀ ਹੁੰਦੀ ਮੇਰੇ ਘਰ, ਉਹ ਘਰ ਨਹੀਂ ਜਾਂਦਾ ਸੀ ਉਹਦੇ, ਫਿਰ ਵੀ ਉਹ ਆਉਂਦੀ ਰਹੀ। ਮਾਂ ਨੂੰ ਵੀ ਪਤਾ ਸੀ, ਪਿਓ ਨੂੰ ਵੀ ਪਤਾ, ਸਾਰਿਆਂ ਜੀਆਂ ਨੂੰ ਪਤਾ ਸੀਗਾ, ਫਿਰ ਵੀ ਉਹ ਆਉਂਦੇ ਸੀਗੇ ਵੀ ਇਹਨੂੰ ਵੱਢਣਾ, ਹੁਣ ਇਹ ਕੁੜੀ ਕੁੜੀ ਗਲਤ ਸੀਗੀ, ਜਦੋਂ ਕੁੜੀ ਗਲਤ ਸੀ ਕੁੜੀ ਨੂੰ ਕਿਉਂ ਨਹੀਂ ਜ਼ਬਰਦਸਤੀ, ਉਹਨੂੰ ਕੁੜੀ ਨੂੰ ਕਿਉਂ ਨਹੀਂ ਫੜ ਸਕਦੇ ਸੀਗੇ। ਕੁੜੀ ਦੇ ਪਿਓ ਦਾ ਨਾਂ ਬਾਗਾ, ਉਹਨੇ ਆਣ ਕੇ ਮੇਰੇ ਭਰਾ ਨੂੰ ਵਢਾ ਦਿੱਤਾ। ਸਾਡੇ ਘਰ ਪਾਠ ਚੱਲਣ ਡਿਆ ਸੁਖਮਨੀ ਸਾਹਿਬ ਦਾ, ਅਸੀਂ ਪਾਠ ਕਰਨ ਦੇ ਸੀਗੇ, ਕੁੜੀ ਵੀ ਉੱਥੋਂ ਦੀ ਰਹਿਣ ਵਾਲੀ, ਮਜੀਠੇ ਦੀ ਰਹਿਣ ਵਾਲੀ। ਸਾਡੇ ਘਰ ਪਾਠ ਚੱਲਣ ਡਿਆ ਸੁਖਮਨੀ ਸਾਹਿਬ ਦਾ, ਭੋਗ ਪਿਆ ਬਾਹਰ ਆਣ ਕੇ, ਉਸੇ ਵੇਲੇ ਮੁੰਡੇ ਪੰਜ ਛੇ ਆਇਆ, ਦਾਤਰ ਮਾਰ ਕੇ ਵੱਢ ਗਏ। ਮੇਰਾ ਸਾਰਾ ਕਸੂਰ ਹੈ, ਜੇ ਉਹ ਆਪਣੀ ਕੁੜੀ ਨੂੰ ਨਖੱਤੀ ਨੂੰ ਡੱਕ ਕੇ ਰੱਖਦੇ ਕੰਜਰ ਤਾਂ ਕੁੜੀ ਕਿਉਂ ਨਹੀਂ ਟੱਕੀ ਰਹਿੰਦੀ, ਕੁੜੀ ਕਿਉਂ ਨਹੀਂ ਟੱਕੀ ਰਹਿੰਦੀ ਵੀ ਉਹ ਮਾਂ ਡੱਕ ਕੇ ਰੱਖ ਸਕਦੀ ਸੀਗੀ। ਸਾਰਾ ਕੁਛ ਮਾਂ ਪਿਓ ਦੇ ਹੱਥ ਵਸ ਆ, ਬੱਚੇ ਆਪਣੇ ਆਪਣੇ ਹੱਥ ਵਸ ਹੁੰਦੇ ਆ। ਕੀ ਚਾਹੁੰਦੇ ਹੋ ਤੁਸੀਂ? ਹੁਣ ਅਸੀਂ ਚਾਹੁੰਦੇ ਹਾਂ ਕੁੜੀ ਦੇ ਪਿਓ ਦੇ ਕਾਰਵਾਈ ਹੋਵੇ, ਕੁੜੀ ਦੇ ਪਿਓ ਦੀ ਕਾਰਵਾਈ ਹੋਵੇ, ਕੁੜੀ ਦੇ ਮਾਂ ਦੀ ਕਾਰਵਾਈ ਹੋਵੇ, ਕੁੜੀ ਦੇ ਦਾਦੇ ਤੇ ਕਾਰਵਾਈ ਹੋਵੇ, ਸਾਰੀ ਸਾਡੀ ਘਰ, ਸਾਨੂੰ ਇਨਸਾਫ ਚਾਹੀਦਾ, ਸਾਡਾ ਵੀਰ ਸਾਨੂੰ ਚਾਹੀਦਾ।